ਹੜ੍ਹ ਦੀ ਮਾਰ ਹੇਠ ਆਏ ਫਿਲੌਰ ਦੇ ਇਲਾਕਿਆਂ ਦਾ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਵੱਲੋਂ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਹੜ੍ਹ ਕਾਰਨ ਪਏ ਵੱਡੇ ਪਾੜ ਨੂੰ ਪੂਰਨ ਦੇ ਚੱਲ ਰਹੇ ਕੰਮ ਦਾ ਆਪ ਜਾਇਜ਼ਾ ਲਿਆ। ਸਰਕਾਰੀਆ ਨੇ ਕਿਹਾ ਕਿ ਹੜ੍ਹ ਦੀ ਮਾਰ ਚੱਲ ਰਹੇ ਲੋਕਾਂ ਦੀ ਮਦਦ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ। ਸਰਕਾਰੀਆ ਨੇ ਦੱਸਿਆ ਕਿ ਪਿੰਡ ਮਾਓਵਾਲ 'ਚ ਪਏ 350 ਫੁੱਟ ਵੱਡੇ ਪਾੜ ਦਾ ਕੰਮ ਵੀ ਚੰਗੀ ਪੱਧਰ ਤੇ ਚੱਲ ਰਿਹਾ ਤੇ ਜਲਦ ਇਸ ਨੂੰ ਪੂਰਾ ਕਰ ਲਿਆ ਜਾਵੇਗਾ। ਕੰਮ ਤਸੱਲੀ ਬਖਸ਼ ਹੋ ਰਿਹਾ, ਪਾਣੀ ਦਾ ਲੈਵਲ ਵੀ ਹੁਣ ਕਾਫੀ ਘੱਟ ਗਿਆ, ਪਰ ਇਹ ਪਾੜ ਜ਼ਿਆਦਾ ਪਾਣੀ ਆਉਣ ਕਰਕੇ ਜਿਹੜੇ ਪੈ ਗਏ ਸੀ, ਇਹ ਭੋਲੇਵਾਲ ਤੇ ਇਸ ਵੇਲੇ ਆਪਾਂ ਖੜੇ ਹਾਂ, ਇਹ ਤਕਰੀਬਨ ਅੱਜ ਸ਼ਾਮ ਤੱਕ ਜਿਹੜਾ ਇਹ ਕੰਪਲੀਟ ਹੋ ਜਾਏਗਾ, ਔਰ ਇਸ ਦੇ ਨਾਲ ਹੀ ਅੱਗੇ 3-4 ਹੋਰ ਵੀ ਹੈ, ਉੱਥੇ ਵੀ ਸਾਰੇ ਕੰਮ ਚੱਲ ਰਿਹਾ, ਪਰ ਸਾਡੀ ਤਸੱਲੀ ਹੈ ਪੂਰੀ, ਸਾਡੇ ਡਿਪਾਰਟਮੈਂਟ ਦੇ ਜਿਹੜੇ ਆਫਿਸਰ ਆ ਪੂਰੀ ਮਿਹਨਤ ਕਰ ਰਹੇ ਆ, ਔਰ ਨਾਲ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਉਹ ਸਾਰੇ ਇੱਥੇ ਖੜ੍ਹ ਕੇ ਆਪ ਕੰਮ ਕਰਾ ਰਹੇ ਆ, ਪਰ ਸਾਨੂੰ ਆਸ ਹੈ ਕਿ ਇਹ ਜਿਹੜੇ 4-5 ਆ ਇਹ 2-3 ਦਿਨ ਦੇ ਵਿੱਚ ਸਾਰੇ ਕੰਪਲੀਟ ਹੋ ਜਾਣਗੇ। ਦੱਸ ਦਈਏ ਕਿ ਪਿਛਲੇ ਦਿਨੀ ਸਤਲੁਜ 'ਚ ਵਧੇ ਪਾਣੀ ਦੇ ਪੱਧਰ ਕਾਰਨ ਫਿਲੌਰ ਦੇ ਕਾਫੀ ਇਲਾਕਿਆਂ ਦਾ ਨੁਕਸਾਨ ਹੋਇਆ ਸੀ, ਜਿੱਥੇ ਹੁਣ ਹੜ੍ਹ ਕਾਰਨ ਪਏ ਪਾੜਾਂ ਨੂੰ ਪੂਰਨ ਦਾ ਕੰਮ ਚੱਲ ਰਿਹਾ। ਬਿਊਰੋ ਰਿਪੋਰਟ, ਦੈਨਿਕ ਸੂਰਾ ਟੀਵੀ। हेलो एवरीवन, माय नेम इज देवा सेठी, आई एम फ्रॉम फगवाड़ा और मैं 25 साल की हूँ। वन ऑफ माय फ्रेंड फ्रॉम जलंधर, उन्होंने मुझे बॉडी फैट के बारे में बताया। सिर्फ 3 महीने यहाँ पे स्पेंड करने के बाद मैंने टोटल वेट लॉस यहाँ पे 16 kg किया है और मेरा इंच लॉस भी 70+ किया है। आई वुड लाइक टू से प्लीज कम हेयर फॉर अ हेल्दी वेट लॉस एंड यू विल सी द रिजल्ट। थैंक यू सो मच।